ਹੈਲੋ ਮੁੰਡਿਓ, ਕੀ ਹਾਲ ਚਾਲ ਹੈ? ਸਵਾਗਤ ਹੈ ਸਾਡੀ ਵੀਡੀਓ 'ਚ। ਅੱਜ ਆਪਾਂ ਖੇਲਣ ਵਾਲੇ ਹਾਂ ਕਾਰ ਸੇਲਰ ਸਿਮੂਲੇਟਰ। ਕਿੰਨੇ ਦਿਨਾਂ ਬਾਅਦ ਖੇਲਣ ਵਾਲੇ ਹਾਂ ਕਾਰ ਸੇਲਰ ਸਿਮੂਲੇਟਰ? ਅਤੇ ਪਿਛਲੀ ਵੀਡੀਓ ਤੁਹਾਨੂੰ ਪਤਾ ਹੋਣਾ, ਆਪਾਂ ਕੀਤਾ ਹੈਗਾ ਨਿਸਾਨ ਜੀਟੀ ਨਾਲ ਰੇਸ ਕੀਤੀ ਆਪਣੀ ਫਰਾਰੀ ਨਾਲ, ਅਤੇ ਨਿਸਾਨ ਜੀਟੀ ਜਿੱਤ ਗਈ। ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਸ਼ੋਰੂਮ 'ਤੇ। ਸ਼ੋਰੂਮ 'ਤੇ ਜਿੰਨੀਆਂ ਆਪਾਂ ਗੱਡੀਆਂ ਖਰੀਦੀਆਂ ਪਿਛਲੀ ਵੀਡੀਓ 'ਚ, ਉਹਨਾਂ ਨੂੰ ਆਪਾਂ ਅੱਜ ਕਰਨਾ ਸੇਲ। ਅਤੇ ਆਪਣੀ ਫਰਾਰੀ ਨੂੰ ਲਾਉਂਦੇ ਹਾਂ, ਪਹਿਲਾਂ ਪਾਰਕ ਕਰਦੇ ਹਾਂ ਅੰਦਰ ਸਾਰੀਆਂ ਗੱਡੀਆਂ। ਅਤੇ ਵੀਡੀਓ ਨੂੰ ਲਾਈਕ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਪਾਂ ਕਾਰ ਸੇਲਰ ਸਿਮੂਲੇਟਰ ਕੰਟੀਨਿਊ ਕਰਨੀ ਚਾਹੀਦੀ ਕਿ ਨਹੀਂ? ਸਾਨੂੰ ਜੇ ਆਪਾਂ ਨਵੀਂ ਗੇਮ ਖੇਲੀਏ ਤਾਂ ਕਿਹੜੀ ਖੇਲੀਏ ਕਮੈਂਟ ਕਰਕੇ ਦੱਸੋ। ਕੋਈ ਵਧੀਆ ਜੀ ਗੇਮ ਦੱਸਿਓ, ਉਹ ਵੀ ਮੋਬਾਈਲ ਵਾਲੀ, ਮੋਬਾਈਲ 'ਚ ਜਿਹੜੀ ਆਪਾਂ ਆਰਾਮ ਨਾਲ ਖੇਲ ਸਕੀਏ ਫੋਨ 'ਚ। ਅਤੇ ਉਹਨੂੰ ਕਮੈਂਟ ਕਰ ਦਿਓ। ਅਤੇ ਹੁਣ ਆਪਾਂ ਕਰਦੇ ਹਾਂ ਸਾਰੀਆਂ ਗੱਡੀਆਂ ਪਾਰਕ, ਅਤੇ ਤੁਹਾਨੂੰ ਮਿਲਦੇ ਹਾਂ। ਚਲੋ ਮੁੰਡਿਓ, ਆਪਾਂ ਆ ਚੁੱਕੇ ਹਾਂ ਦੁਬਾਰਾ ਕਾਰ ਮਾਰਕੀਟ ਆਪਣੀ ਮਰਸੀਡੀਜ਼ ਲੈ ਕੇ। ਅਤੇ ਇਹਨੂੰ ਕਰ ਦਿੰਦੇ ਹਾਂ ਦੁਬਾਰਾ ਪਾਰਕ। ਕਿੱਥੇ ਕਰੀਏ ਕਿੱਥੇ ਕਰੀਏ, ਇੱਥੇ ਕਰ ਦਿੰਦੇ ਹਾਂ। ਅਤੇ ਗੱਡੀ ਵੇਖਦੇ ਹਾਂ, ਗੱਡੀਆਂ ਤਾਂ ਬਹੁਤ ਆਈਆਂ ਹੋਈਆਂ ਨੇ। ਇਹ ਓਡੀ ਦੇਖਦੇ ਹਾਂ ਕੀ ਪ੍ਰਾਈਜ਼ ਦੇ ਰਿਹਾ ਓਡੀ ਦਾ। ਇੱਥੇ ਕਰ ਦਿੰਦੇ ਹਾਂ ਮਰਸੀਡੀਜ਼ ਲਾ ਤੀ। ਅਤੇ ਹੁਣ ਦੇਖਦੇ ਹਾਂ ਕੋਈ ਗੱਡੀ ਬਾਏ ਕਰਦੇ ਹਾਂ ਆਪਾਂ। ਚਲੋ ਮੁੰਡੇ, ਉਹ ਸਾਹਮਣੇ ਵਾਲੀ ਗੱਡੀ ਦਾ ਵੀ ਪ੍ਰਾਈਜ਼ ਪੁੱਛ ਲੈਂਦੇ ਹਾਂ ਇੱਕ ਵਾਰੀ। ਵੈਸੇ ਆਪਾਂ ਲੈਣੀ ਨਹੀਂ ਹੈ ਤਾਂ ਪ੍ਰਾਈਜ਼ ਪੁੱਛ ਕੇ ਕੀ ਕਰਾਂਗੇ। ਚਲੋ ਛੱਡੋ, ਅਤੇ ਆਪਾਂ ਹੁਣ ਚਲਦੇ ਹਾਂ ਸਿੱਧਾ ਓਡੀ ਵੱਲ। ਅਤੇ ਓਡੀ ਕੀ ਪ੍ਰਾਈਜ਼ ਦੇ ਰਿਹਾ ਦੇਖ ਲੈਂਦੇ ਹਾਂ। ਜੇ ਆਪਣੇ ਰੇਂਜ ਹੋਏਗੀ ਤਾਂ ਆਪਾਂ ਓਡੀ ਬਾਏ ਕੱਢ ਲਾਂਗੇ। ਵੈਸੇ ਆਪਾਂ ਕੋਲ ਪੈਸੇ ਤਾਂ ਬੜੇ ਪਏ, 25 ਲੱਖ ਰੁਪਇਆ ਪਿਆ। ਇਹਦਾ ਪ੍ਰਾਈਜ਼ ਹੈਗਾ ਹੈ 6,29,000। ਅਤੇ ਆਪਾਂ ਇਹਨੂੰ ਔਫਰ ਕਰ ਦਿੰਦੇ ਹਾਂ 5,25,000 ਕਰ ਦਿੰਦੇ ਹਾਂ, ਹੈ ਨਾ। 25 ਔਫਰ ਕਰ ਦਿੰਦੇ ਹਾਂ, 1,00,000 ਘਟਾਇਆ ਆਪਾਂ, ਡਿਸਕਾਊਂਟ ਥੋੜ੍ਹਾ ਲੈਂਦੇ ਹਾਂ। ਔਫਰ ਕੀਤਾ ਇਹਨੂੰ ਅਤੇ ਮੰਨ ਗਿਆ। ਚਲੋ ਮੁੰਡੇ, ਓਡੀ ਆਪਾਂ ਖਰੀਦ ਲਈ ਹੈ। ਅਤੇ ਹੁਣ ਇਹਨੂੰ ਆਪਾਂ ਮਸਰੀ ਨੂੰ ਭੇਜਦੇ, ਪਹਿਲਾਂ ਆਪਾਂ ਓਫਿਸ ਇੱਕ ਗੱਡੀ ਆਪਾਂ ਲੈਣੀ ਸੀ। ਅਤੇ ਇਹਨੂੰ ਕਰਦੇ ਹਾਂ ਜਲਦੀ ਸੇਲ, ਅਤੇ ਆਪਣੇ ਸ਼ੋਰੂਮ 'ਚ ਵੀ ਕਾਫੀ ਗੱਡੀਆਂ ਖਲੋਤੀਆਂ, ਉਹਨੂੰ ਵੀ ਕਰਨਾ ਸੇਲ। ਸਿੱਧਾ ਚਲਦੇ ਹਾਂ ਸ਼ੋਰੂਮ, ਅਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ। ਚਲਦੇ ਹੀ ਆ ਸਿੱਧਾ, ਵੀਡੀਓ ਨੂੰ ਲਾਈਕ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਆਪਾਂ 1K ਤਾਂ ਬਹੁਤ ਜ਼ਿਆਦਾ ਕਲੋਜ਼ ਹਾਂ, ਅਤੇ ਸਬਸਕ੍ਰਾਈਬ ਕਰੀ ਜਾਓ, 1K ਹੋ ਜਾਣਗੇ। ਅਤੇ ਗੇਮ ਵੀ ਮੈਨੂੰ ਕੋਈ ਕਮੈਂਟ ਕਰ ਦਿਓ ਵਧੀਆ ਜੀ, ਦੱਸਿਓ ਫਿਰ ਆਪਾਂ ਉਹ ਵੀ ਗੇਮ ਖੇਲਾਂਗੇ ਵਧੀਆ ਜੀ। ਕੋਈ ਕਮੈਂਟ ਕਰ ਦਿਉ, ਉਹ ਵੀ ਮੋਬਾਈਲ ਗੇਮ, ਠੀਕ ਹੈ। ਚਲੋ ਮੁੰਡੇ, ਜਾਣ ਦਿਉ ਜਾਣ ਦਿਉ। ਓਡੀ ਆਪਣੀ ਆ ਚੁੱਕੀ ਹੈ, ਦੇਖ ਸਕਦੇ ਹੋ ਓਡੀ ਦੀ ਆਵਾਜ਼, ਸਾਊਂਡ ਸੁਣ ਸਕਦੇ ਹੋ ਤੁਸੀਂ ਓਡੀ ਦਾ। ਅਤੇ ਆਪਾਂ ਸ਼ੋਰੂਮ ਪਹੁੰਚ ਚੁੱਕੇ ਹਾਂ, ਅਤੇ ਹੁਣ ਇਹਨੂੰ ਕਰਦੇ ਹਾਂ ਓਡੀ ਨੂੰ ਪਾਕ। ਜਾਣ ਜਾਣ ਦਿਉ, ਬਾਹਰ ਸ਼ੋਰੂਮ ਦਾ ਖੋਲ੍ਹਦੇ ਹਾਂ ਗੇਟ, ਅਤੇ ਆਪਾਂ ਸ਼ੋਰੂਮ ਨੂੰ ਵੀ ਵੱਡਾ ਕੱਢਣਾ। ਜੇ ਗੇਮ ਕੰਟੀਨਿਊ ਕੀਤੀ ਤਾਂ ਆਪਾਂ ਸ਼ੋਰੂਮ ਵੀ ਵੱਡੇ ਕਰ ਦਾਂਗੇ। ਕੇਵਲ ਆਪਾਂ ਸ਼ੋਰੂਮ ਦੀ ਅੱਗੇ ਪ੍ਰੋਪਰਟੀ ਹੋਰ ਖਰੀਦ ਲਈ ਉਹਨੂੰ ਵੱਡਾ ਕਰਨ ਲਈ। ਅਤੇ ਹੁਣ ਆਪਾਂ ਓਡੀ ਕਿੱਥੇ ਪਾਕ ਕਰੀਏ, ਆਪਾਂ ਡੋਜ ਨੂੰ ਭੇਜਦੇ ਹਾਂ ਉੱਪਰ, ਅਤੇ ਓਡੀ ਪਾਕ ਕਰਦੇ ਹਾਂ ਥੱਲੇ। ਪਹਿਲਾਂ ਡੋਜ ਨੂੰ ਭੇਜਦੇ ਹਾਂ ਜਲਦੀ ਜਲਦੀ ਉੱਪਰ, ਇੱਥੇ ਪਾਕ ਕਰਦੇ ਹਾਂ ਲਿਫਟ ਦੇ ਕੋਲ। ਕਰ ਦਿਉ ਜਾਣ ਦਿਉ ਜਾਣ ਦਿਉ, ਬਸ ਬਸ ਬਸ, ਇੱਥੇ ਠੀਕ ਹੈ। ਹੁਣ ਕਰ ਦਿੰਦੇ ਬਸ, ਠੀਕ ਹੈ। ਹੁਣ ਭੇਜ ਦਿੰਦਾ ਆਪਾਂ ਲਿਫਟ ਨੂੰ ਉੱਪਰ। ਓ ਲਿਫਟ 'ਤੇ ਲੱਗ ਜਾ ਬਟਨ 'ਤੇ ਬਟਨ ਯਾਰ, ਚਲ ਜਾ। ਚਲੋ ਉੱਪਰ ਭੇਜ ਦਿੰਦੇ ਹਾਂ ਇਹਨੂੰ, ਅਤੇ ਹੁਣ ਕਰਦੇ ਹਾਂ ਆਪਾਂ ਆਪਣੀ ਓਡੀ ਨੂੰ ਪਾਕ, ਅਤੇ ਮਿਲਦੇ ਹਾਂ ਤੁਹਾਨੂੰ ਕਸਟਮਰ ਦੇ ਬਾਅਦ। ਚਲੋ ਮੁੰਡੇ, ਸ਼ੋਰੂਮ ਕਰ ਦਿੰਦੇ ਓਪਨ। ਆਪਾਂ ਰੇਟ ਲਾ ਤਾ ਗੱਡੀਆਂ 'ਤੇ, ਪ੍ਰਾਈਜ਼ ਲਾ ਚੁੱਕਾ ਹਾਂ। ਅਤੇ ਹੁਣ ਮਰਸੀਡੀਜ਼ ਨੂੰ ਵੀ ਕਰ ਦਿੰਦੇ ਅੰਦਰ ਹੀ ਪਾਕ, ਅਤੇ ਆਪਣਾ ਜਿਹੜਾ ਆਪਾਂ ਬੰਦਾ ਰੱਖਿਆ ਹੋਇਆ ਵਾ ਉਹ ਆਪਣੇ ਆਪ ਸਾਡੀ ਮਰਸੀਡੀਜ਼ ਵੀ ਕਰ ਦੂਗਾ ਵੋਸ਼ ਵੀ ਅੰਦਰ ਹੀ ਹੋ ਜਾਂਦੀ ਆਪਣੀ ਮਰਸੀਡੀਜ਼, ਅਤੇ ਟੈਨਸ਼ਨ ਕੋਈ ਹੈ ਨਹੀਂ ਆਪਾਂ ਨੂੰ। ਇਹਨੂੰ ਵੀ ਕਰ ਦਿੰਦੇ ਹਾਂ ਇੱਥੇ ਬਿਲਕੁਲ ਲਿਫਟ ਦੇ ਕੋਲ ਪਾਕ ਕਰ ਦਿੰਦੇ ਹਾਂ। ਹਾਂ ਬਸ, ਚਲੋ ਮੁੰਡੇ ਹੁਣ ਮਿਲਦੇ ਹਾਂ ਕਸਟਮਰ ਆਉਣ 'ਤੇ, ਅਤੇ ਮਿਲਦੇ ਤੁਹਾਨੂੰ ਕਸਟਮਰ ਆਉਣ 'ਤੇ। ਚਲੋ ਮੁੰਡੇ, ਉਹ ਕਸਟਮਰ ਆ ਚੁੱਕਾ ਆਪਣੇ ਡੋਜ ਦਾ, ਅਤੇ ਇਹ ਦੇਖ ਲੈਂਦੇ ਕੀ ਪ੍ਰਾਈਜ਼ ਦੇ ਰਿਹਾ। ਆਪਾਂ 52 ਦੀ ਲਾਤੀ, ਅਤੇ ਇਹ ਦੇ ਰਿਹਾ ਹੈ ਇਹਦੇ 36, ਅਤੇ ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ 52 ਔਫਰ ਕਰ ਦਿੰਦੇ, ਕਿਉਂ ਪਹਿਲਾਂ 36 ਦੇ ਆਪਾਂ ਵੇਚਦੀ ਨਹੀਂ। ਫਿਰ ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ 42-45 ਕਰ ਦਿੰਦੇ। ਚਲੋ ਅਤੇ 45 ਔਫਰ ਕਰ ਦਿੰਦੇ ਹਾਂ, 45 'ਤੇ ਨਹੀਂ ਮੰਨੀ, 45 'ਤੇ ਵੀ ਨਹੀਂ ਮੰਨੀ, ਫਿਰ ਇਹਨੂੰ ਆਪਾਂ 42 ਔਫਰ ਕਰ ਦਿੰਦੇ ਹਾਂ। 42 'ਤੇ ਮੰਨ ਜਾ ਮੰਨ ਗਈ। ਚਲੋ ਮੁੰਡੇ, ਉਹ 42 'ਤੇ ਆਪਣੀ ਡੋਜ ਵਿਕ ਗਈ। ਹੁਣ ਆਪਾਂ ਚੱਲਦੇ ਹਾਂ ਥੱਲੇ, ਅਤੇ ਚਲੋ ਮੁੰਡੇ ਥੱਲੇ ਆ ਚੁੱਕੇ ਹਾਂ। ਮਸਟੈਂਗ ਦੇਖ ਲੈਂਦੇ ਕੀ ਪ੍ਰਾਈਜ਼ ਦੇ ਰਿਹਾ ਬੰਦਾ, ਇਹ ਤਾਂ ਬਹੁਤ ਘੱਟ ਦੇ ਰਿਹਾ। ਨਾ 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 ਨਾ, ਇਹਦੇ 'ਚ ਨਹੀਂ,
ਆਪਾਂ 71 ਦੀ ਲਾਈ ਹੈ, ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ, ਕਿੰਨਾ ਕਰੀਏ ਇਹਨੂੰ ਆਪਾਂ 65 ਔਫਰ ਕਰ ਦਿੰਦੇ। ਚਲੋ 65 ਔਫਰ ਕੀਤਾ ਅਤੇ 65 'ਤੇ ਵੀ ਨਹੀਂ ਮੰਨਿਆ ਇਹਨੂੰ, ਫਿਰ ਆਪਾਂ 60,000 ਔਫਰ ਕਰ ਦਿੰਦੇ ਹਾਂ, 60,000 'ਤੇ ਮੰਨ ਗਿਆ। ਚਲੋ ਮੁੰਡੇ ਆਪਾਂ ਮਸਟੈਂਗ ਸੇਲ ਕਰਤੀ ਹੈ, ਹੁਣ ਕਰਦੇ ਹਾਂ ਆਪਾਂ ਓਡੀ ਸੇਲ, ਅਤੇ ਓਡੀ ਵਾਲਾ ਦੇਖ ਲੈਂਦੇ ਕੀ ਪ੍ਰਾਈਜ਼ ਦੇ ਰਹੀ ਹੈ। ਇਹ ਕੁੜੀ ਪ੍ਰਾਈਜ਼ ਦੇ ਰਹੀ ਹੈ 6,64,000, ਅਤੇ ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ। ਆਪਾਂ 10,00,000 ਲਾਇਆ ਦਾ ਪ੍ਰਾਈਜ਼ ਆਪਣੀ, ਠੀਕ ਹੈ, ਗੱਡੀ ਦਾ ਓਡੀ ਆਰ ਆਰ ਦਾ, ਅਤੇ ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ 8,25,000 ਔਫਰ ਕਰ ਦਿੰਦੇ ਹਾਂ, ਠੀਕ ਹੈ ਜੀ। 8,25,000 'ਤੇ ਮਾਂਜਾ ਨਹੀਂ ਮੰਨੀ, ਲਓ ਜੀ ਲਓ। ਹੁਣ ਆਪਾਂ ਇਹਨੂੰ ਕਿੰਨਾ ਔਫਰ ਕਰੀਏ ਫਿਰ, ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ ਫਿਰ 7,00,000, 7.5 ਲੱਖ ਔਫਰ ਕਰਤਾ ਹੈ, ਅਤੇ 7.5 ਲੱਖ 'ਤੇ ਮਾਂਜਾ ਮੰਨ ਗਈ। ਚਲੋ ਮੁੰਡਿਆ ਹੁਣ ਆਪਾਂ ਆ ਗਏ ਆਪਣੀ ਫਰਾਰੀ 'ਤੇ, ਇਹਨੂੰ ਆਪਾਂ ਮੋਡੀਫਾਈ ਕਰਾਇਆ ਅਤੇ ਇਹਦਾ ਦੇਖ ਲੈਂਦੇ ਕੀ ਪ੍ਰਾਈਜ਼ ਦਿੰਦਾ ਹੈ ਬੰਦਾ। ਇਹ ਦੇ ਰਿਹਾ 4,51,000, ਇਹਨੂੰ ਆਪਾਂ ਔਫਰ ਕਰ ਦਿੰਦੇ ਹਾਂ ਫਿਰ 5,00,000, 6,00,000 ਆਪਾਂ, ਇਹ 4,00,000 ਦੇ ਰਿਹਾ, ਆਪਾਂ 6,00,000 ਔਫਰ ਕੀਤਾ, 5,25,000 ਔਫਰ ਕੀਤਾ ਹੁਣ, ਅਤੇ 6,00,000 ਦੀ ਆਪਾਂ ਲਾਈ ਹੋਈ ਹੈ। ਅਤੇ ਚਲੋ ਮੁੰਡੇ ਆਪਣੀ ਉਹ ਵੀ ਵਿਕ ਚੁੱਕੀ ਹੈ ਫਰਾਰੀ ਵੀ, ਸਾਰੀਆਂ ਗੱਡੀਆਂ ਕਰਤੀ ਆਪਾਂ ਸੇਲ, ਉੱਦਾਂ ਵੀ ਦੇਖ ਲੈਂਦੇ ਹਾਂ ਸਾਰੀ ਗੱਡੀਆਂ ਹੋ ਚੁੱਕੀਆਂ ਸੇਲ। ਅਤੇ ਮੁੰਡੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਮੈਨੂੰ ਕਮੈਂਟ ਕਰ ਦਿਓ ਥੱਲੇ ਮੈਨੂੰ ਕਿਹੜੀ ਗੇਮ ਖੇਲਣੀ ਚਾਹੀਦੀ ਹੈ ਨਵੀਂ। ਅਤੇ ਮਿਲਦੇ ਅਗਲੀ ਵੀਡੀਓ 'ਚ, ਗੁੱਡ ਬਾਏ ਗਾਇਸ, ਲਵ ਯੂ, ਪੀਸ ਆਊਟ।